ਸਾਬਕਾ ਕੈਬਨਿਟ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਰਾਮਪੁਰਾ ਫੂਲ ਹਲਕੇ ਤੋਂ ਕਾਂਗਰਸ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ ਦੇ ਬਦਲੇ ਦੀ ਨੀਤੀ ਦੇ ਤਹਿਤ ਅਕਾਲੀ ਵਰਕਰਾਂ ਤੇ ਝੂਠੇ ਕੇਸ ਦਰਜ ਕਰਵਾਉਣ ਦੇ ਦੋਸ਼ ਲਗਾਏ ਨੇ। ਸਿਕੰਦਰ ਸਿੰਘ ਮਲੂਕਾ ਨੇ ਦੋਸ਼ ਲਗਾਏ ਨੇ ਕਿ ਪੰਜਾਬ ਕਾਂਗਰਸ ਬਣਨ ਤੋਂ ਰਾਮਪੁਰਾ ਫੂਲ ਤੋਂ ਅਕਾਲੀ ਵਰਕਰਾਂ ਦੇ ਖਿਲਾਫ 7 ਕੇਸ ਦਰਜ ਹੋ ਚੁੱਕੇ ਨੇ। ਮਲੂਕਾ ਅਨੁਸਾਰ ਜੇਕਰ ਇਹਨਾਂ ਕੇਸਾਂ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਤਾਂ ਇਹ ਸਾਰੇ ਹੀ ਝੂਠੇ ਸਾਬਿਤ ਹੋਣਗੇ। ਉਹਨਾਂ ਇਹ ਵੀ ਆਖੇ ਕਿ ਪੁਲਿਸ ਅਧਿਕਾਰੀ ਆਪਣੀ ਅਸਲ ਡਿਊਟੀ ਨੂੰ ਛੱਡ ਕੇ ਮੌਜੂਦਾ ਵਿਧਾਇਕਾਂ ਦੇ ਆਦੇਸ਼ਾਂ ਨੂੰ ਹੀ ਮੰਨ ਰਹੇ ਨੇ। ਪਰ ਚੰਗੇ ਕੰਮ ਕਰਨ ਦੀ ਬਜਾਏ ਚੰਗਾ ਕੰਮ ਤਾਂ ਹਾਲੇ ਤੱਕ ਕੀਤਾ ਹੀ ਕੋਈ ਨਹੀਂ। ਉਦੋਂ ਇਲਾਵਾ ਝੂਠੇ ਪਰਚੇ ਰਾਮਪੁਰਾ ਫੂਲ ਦੇ ਵਿੱਚ ਵੀ ਅਤੇ ਬਾਕੀ ਸਾਰੇ ਪੰਜਾਬ ਦੇ ਵਿੱਚ ਵੀ ਕਿੰਨੇ ਤਾਂ ਕਤਲ ਹੀ ਹੋ ਗਏ ਨੇ। ਪਹਿਲੀ ਸਰਕਾਰ ਹੈ ਕਿ 10-12 ਤਾਂ ਇਦੋਂ ਪਹਿਲਾਂ ਕਤਲ ਹੋ ਚੁੱਕੇ ਨੇ। ਇੱਥੇ ਵੀ ਕੋਈ ਕਸਰ ਨਹੀਂ ਹੈਗੀ ਕਤਲ ਹੋਣ ਦੀ। 3 ਬੰਦੇ ਉੱਤੇ ਸਾਡੇ ਪਰਚੇ ਤਾਂ ਬਹੁਤ ਜ਼ਿਆਦਾ ਹੋਏ ਨੇ, ਕੋਈ 25-30 ਹੋਏ ਨੇ, ਪਰ ਅਸੀਂ 6-7 ਪਰਚੇ ਅੱਜ ਤੁਹਾਡੇ ਧਿਆਨ 'ਚ ਲਿਆਉਂਦੇ ਨੇ, ਜਿਹਨਾਂ 'ਚ 3 ਬੜੇ ਸੀਨੀਅਰ ਨੇ, ਸੀਰੀਅਸ ਨੇ, ਜਿਹੜੇ ਆਪ ਫਾਇਰ ਮਾਰ ਕੇ ਇੱਕ ਦਿਆਲਪੁਰੇ ਥਾਣੇ 'ਚ, ਇੱਕ ਫੂਲ ਥਾਣੇ 'ਚ ਅਤੇ ਇੱਕ ਰਾਮਪੁਰੇ ਥਾਣੇ 'ਚ। ਸਾਡੇ ਜਿਹੜੇ ਜ਼ਿੰਮੇਵਾਰ ਵਰਕਰ ਸੀ ਸੀਨੀਅਰ, ਕੋਈ ਸਰਕਲ ਦਾ ਜਥੇਦਾਰ ਸੀ, ਕੋਈ ਪਲੈਨਿੰਗ ਕਮੇਟੀ ਦਾ ਚੇਅਰਮੈਨ ਸੀ, ਕੋਈ ਮਿਊਂਸਪਲ ਕਮੇਟੀ ਦਾ ਪ੍ਰਧਾਨ ਹੈ, ਸਾਰਿਆਂ ਦੇ ਬੱਚਿਆਂ 'ਤੇ ਜਾਂ ਭਰਾਵਾਂ 'ਤੇ ਪਰਚੇ ਦਰਜ ਕਰਾਏ ਗਏ ਨੇ ਝੂਠੇ, 3 ਦੇ 3 ਝੂਠੇ, ਇੱਕ ਵੀ ਨਹੀਂ। ਮੈਂ ਉੱਪਰਲੀ ਕਹਿਣਾ ਤੁਹਾਡੇ ਪ੍ਰੈਸ ਦੀ ਹਾਜ਼ਰੀ ਵਿੱਚ ਕਿ ਜੇ ਇਹਨਾਂ 3 ਪਰਚਿਆਂ 'ਚੋਂ ਕੋਈ ਵੀ ਸੱਚਾ ਹੋਵੇ, ਕੋਈ ਵੀ ਸਾਡਾ ਬੰਦਾ ਗੁਨਾਹਗਾਰ ਹੋਵੇ ਇੱਕ ਵੀ ਸਾਰਿਆਂ 'ਚੋਂ, ਤਾਂ ਮੈਂ ਸਿਆਸਤ ਛੱਡ ਦੂੰ, ਮੈਂ ਦੋਸ਼ੀ ਹੋਊਂਗਾ ਉਹਦੇ ਵਿੱਚ।